हाय हाय साडे पिंड ट्रक मजारे हाय हाय निक्के निक्के रोण न्याणे हाय हाय बिजली आलिया देण मकाना हाय हाय बिजली आले दे नारे लाउंदे हाय हाय बिजली सुख बिजली वाले सुख दी नींदे सोंदे हाय हाय साडे बच्चे रो रो सोंदे हाय हाय बिजली वाले हाय 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 साडी बेनती बिजली वालिया नू हाय हाय अज असी हाथ बन के करदे आ हाय हाय कल नू डांगा डंडे सोटे जाम लावांगे हाय हाय बिजली वाले हाय हाय कोई डर नी कोई डरन वाली गल नी हाय हाय बिजली वाले हाय हाय लाओ जकारे बिजली वाले जकारो बिजली वालिया दा सच्चे दरबार की जय कोई तड़का नी हाय हाय बच्चे तड़फदे आ सारी सारी रात बच्चे रोंदे आ जद देखो जी रात इत्थे लेट सीगी तां साडे मजारे विच लेट क्यों नहीं गई हैगी ਕਿਹੜਾ ਮਜ਼ਾਰਾ ਮਾਤਾ ਜਿਸ ਵੇਲੇ ਬੱਤੀ ਆਈ ਆ ਨਿਆਣੇ ਸਾਡੇ ਇੱਥੇ ਆਏ ਆ ਰਾਤ ਨੂੰ ਫੇਰ ਹੀ ਨਹੀਂ ਉਦੋਂ ਬਾਅਦ ਦੇ ਵਿੱਚ ਲੈਟ ਛੱਡੀ ਆ ਉਹ ਵੀ ਨਿਆਣੇ ਆਏ 12 ਵਜੇ ਨਿਆਣੇ ਘਰ ਗਏ ਆ ਫੇਰ ਹੀ ਨਹੀਂ ਜੀ ਲੈਟ ਛੱਡੀ ਆ ਫੇਰ ਸਾਡੇ ਨਿਆਣਿਆਂ ਨੂੰ ਨਿਆਣੇ ਸਾਡੇ ਤੰਗੀ ਬਹੁਤ ਆ ਦੇਖੋ ਕੋਈ ਐਸੀ ਵੈਸੀ ਗੱਲ ਹੋਈ ਤੇ ਫੇਰ ਕੌਣ ਕਿ ਮੇਰਾ ਅਸੀਂ ਅੱਕ ਕੇ ਦੁਖੀ ਹੋ ਕੇ ਇੱਥੇ ਨੂੰ ਆਏ ਆ ਕਿੰਨੇ ਕ ਦਿਨਾਂ ਤੋਂ ਲਾਈਟ ਇਦਾਂ ਕਰਦੀ ਆ ਜਿੱਥੋਂ ਕਰਨਾ ਸੀ ਉਹ ਤਾਂ ਤਕਰੀਬਨ ਹੋ ਗਿਆ ਨੇ ਹਰ ਸਾਲ ਇਹ ਕੰਮ ਹੀ ਹੁੰਦਾ ਚੱਲਦਾ ਅਸੀਂ ਭਾਰ ਹੁੰਦਾ ਨਹੀਂ ਸੀ ਕੀ ਨਾਂ ਕੀ ਮਾਤਾ ਤੁਹਾਡਾ ਕੀ ਨਾਂ ਆ ਸਰਿੰਦਰ ਕੌਰ ਆ ਜੀ बिल्कुल बत्ती नहीं आती है साढ़े जो बीबिया बच्चे निक निके बजुर्ग सियाने जो भी बच्चे रोंदे आ सारे कराते जब बत्ती नहीं आती हैगी बत्ती का कारण ही तो बिजलियां का की मतलब बत्ती नहीं देनी क्यों नहीं ये पिछों बत्ती चलती होंगी है मोहरे बत्ती क्यों नहीं देंगे है मोटर की बत्ती है कि घर की बत्ती ਨਹੀਂ ਸਾਡੇ ਕਿਹੜਾ ਮੋਟਰ ਆਇਆ ਬੱਤੀਆਂ ਸਾਡੀਆਂ ਘਰਾਂ ਦੀਆਂ ਆਈਆਂ ਬੱਤੀਆਂ ਕਿੰਨੀਆਂ ਕਿ ਬੱਚੇ ਸਾਨੂੰ ਇਹਨਾਂ ਦਿਨਾਂ ਦੀ 3-4 ਮਹੀਨੇ ਆ ਜਾਂਦੀ ਹੁੰਦੀ ਆ ਬੱਤੀ ਤਾਂ ਪੂਰੀ ਜਿਹੜੀ ਮੋਟਰ ਨਹੀਂ ਆਵੇ ਵੱਧ ਘੱਟ ਜਿੱਦਾਂ ਮਰਜ਼ੀ ਕਰੋ ਝਗੜਾ ਨਹੀਂ ਇਸ ਟਾਈਮ ਅਸੀਂ ਬੇਨਤੀ ਕਰਨ ਆਏ ਆ ਸਾਡੀ ਇਹ ਬੇਨਤੀ ਜੇ ਤਾਂ ਮਨਜ਼ੂਰ ਕਰ ਲੋਗੇ ਤਾਂ ਵਧੀਆ ਕਰ ਰਿਆ ਨਹੀਂ ਫੇ ਕੱਲ ਨੂੰ ਜੋ ਸਾਡੇ ਤੋਂ ਹੋਊਗਾ ਫੇ ਅਸੀਂ ਉਹ ਕਰ ਲਾਂਗੇ ਉਹ ਕਰ ਸਕਦੇ ਕੀ ਨਾਂ ਤੁਹਾਡਾ ਮੇਰਾ ਨਾਮ ਹੈਗਾ ਜਸਵਿੰਦਰ ਕੌਰ ਪਿੰਡ ਟੱਕ ਮਜਾਰਾ ਮੈਂਬਰ ਪੰਚਾਇਤ ਇਸ ਟਾਈਮ ਮੇਰੇ ਕੋਲ ਸਾਬ ਕਾ ਮੰਦ ਕੀ ਸਮਾਜ ਕਰ ਲੈਣੀ ਅੱਜ ਦਾ ਦਿਨ ਤਾਂ ਕੱਟ ਮੈਂ ਕੱਲ ਨੂੰ ਨਹੀਂ ਇਦਾਂ ਕੱਲ ਨੂੰ ਨਹੀਂ ਇਹ ਕੰਮ ਹੋਣਾ ਕੱਲ ਨੂੰ ਜੋ ਹੋਊਗਾ ਅਸੀਂ ਉਹ ਕਰਨਾ ਹੈ ਉਹ ਕਰ ਸਕਦੇ ਇਹ ਨਹੀਂ ਹੋਵੇ ਕਿ ਸਾਨੂੰ ਤੁਸੀਂ ਇਹੀ ਅਸੀਂ ਸਾਨੂੰ ਇਹਨਾਂ ਤੋਂ ਡਰ ਕੋਈ ਨਹੀਂ ਹੈਗਾ ਜੇ ਸਾਨੂੰ ਕੋਈ ਕਹੂਗਾ ਅਸੀਂ ਡਰਦੇ ਆ ਅਸੀਂ ਕਿਹੜਾ ਇਹਨਾਂ ਦੇ ਕਿਸੇ ਦੇ ਮੁੱਲ ਖਰੀਦਦੇ ਹਾਂ ਅਸੀਂ ਆਪਣਾ ਕਰਨਾ ਆਪਣਾ ਖਾਣਾ ਸਾਨੂੰ ਬੱਤੀ ਬੱਤੀ ਤੇ ਮਤਲਬ ਤੁਸੀਂ ਬਿੱਲ ਆਉਂਦਾ ਦਿੰਨੇ ਆ ਕਿੰਨਾ ਬਿੱਲ ਹਾਂ ਜੀ ਬਿੱਲ ਜਿਹੜੇ ਆਉਂਦੇ ਦਿੰਦੇ ਸਾਡਾ ਇਸ ਦਿਨ ਬਿੱਲ ਮਾਫ ਵੀ ਆ ਇਦਾਂ ਦੀ ਗੱਲ ਨਹੀਂ ਬਿੱਲ ਮਾਫ ਵੀ ਉਹਨੂੰ ਬਿੱਲ ਬਿੱਲ ਆਉਣਾ ਨਾ ਆਉਣਾ ਉਹਦੀ ਨਹੀਂ ਸਾਨੂੰ ਬੱਤੀ ਹੋਣੀ ਚਾਹੀਦੀ ਮਸਲਾ ਤਾਂ ਇਸ ਦਿਨ ਬੱਤੀ ਦਾ ਨਾ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਹਾਂ ਸ਼੍ਰੋ ਪੰਜਾਬ ਦਾ ਕੁਲਦੀਪ ਸਿੰਘ ਬਾਜਵਾ ਸਾਬਕਾ ਸਰਪੰਚ ਟੱਕ ਮਜਾਰਾ ਕਿਉਂਕਿ ਸਾਰੀ ਸੰਗਤ ਇਸ ਕਰਕੇ ਆਈ ਹੈ ਵੀ ਬੱਤੀ ਜਿਹੜੀ ਸਾਡੇ ਪਿੰਡ ਦੀ ਆ ਇਹਨਾਂ ਨੂੰ ਬੇਨਤੀਆਂ ਕਰ ਕਰਕੇ ਥੱਕ ਗਏ ਆ ਲਾਈਟ ਕਿਸੇ ਪਾਸੇ ਮੋਰੋਂ ਤੇ ਇੱਕ ਸੋਚ ਲੱਗਾ ਸਾਡੇ ਟਾਈ ਟੀ ਐਫ ਦਾ ਜਦ ਰੂਹ ਕਰਦੀ ਉੱਥੋਂ ਕੱਟ ਦਿੰਦੇ ਆ ਬਾਕੀ ਪਿੰਡ ਸਾਰੇ ਚੱਲਦੇ ਆ ਟੱਕ ਮਜਾਰੇ ਬੱਤੀ ਨਹੀਂ ਜਾਂਦੀ ਅੱਜ ਪਹਿਲੀ ਵਾਰ ਇਦਾਂ ਵੀ ਛੋਟਾ ਜਿਹਾ ਧਰਨਾ ਲੱਗਾ ਕੱਲ ਨੂੰ ਵੱਡੇ ਲੈਵਲ ਦਾ ਜੇ ਕੱਲ ਨੂੰ ਨਹੀਂ ਸਿਸਟਮ ਸਹੀ ਹੁੰਦਾ ਤਾਂ ਧਰਨਾ ਵੱਡੇ ਲੈਵਲ ਦਾ ਲੱਗੂਗਾ ਇੱਥੇ ਧਰਨਾ ਲਾ ਕੇ ਇਹਨਾਂ ਨੂੰ ਪੂਰਾ ਜਦ ਤੇ ਅਫਸਰ ਨਹੀਂ ਇਹਨਾਂ ਦੇ ਆਉਂਦੇ ਜਦ ਤੇ ਉਹ ਲੈਣ ਦਾ ਪੂਰਾ ਪ੍ਰਬੰਧ ਨਹੀਂ ਹੁੰਦਾ ਉਹਨਾਂ ਚਿਰ ਇਹਨਾਂ ਦਾ ਕੋਈ ਛੁਟਕਾਰਾ ਨਹੀਂ ਹੋਣਾ ਉਹਨਾਂ ਚਿਰ ਇਹਨਾਂ ਦੀ ਹਾਏ ਹਾਈ ਹੋਣੀ ਹੈ ਇਹਨਾਂ ਦੀ ਮਰਦਾਬਾਦ ਹੋਣੀ ਹੈ ਕਿੰਨੀ ਕੁ ਦੇਰ ਦੇ ਤੁਸੀਂ ਇੱਥੇ ਆਏ ਹੋ ਤੁਹਾਡੀ ਕਿਸੇ ਨੇ ਗੱਲ ਸੁਣੀ ਕਿਸੇ ਨਹੀਂ ਸੁਣੀ ਕੋਈ ਅਸਲੀ ਹੋਈ ਨਹੀਂ ਪਹਿਲੇ ਚਲ ਗਿਆ ਉਹਨੂੰ ਪਤਾ ਤਾਂ ਸੀਗਾ ਸਾਢੇ 4 ਵਜੇ ਕੋਈ ਸੰਬੰਧਤ ਜਈ ਜਿਹੜਾ ਸੰਬੰਧ ਜਈ ਵੀ ਲੱਗ ਗਿਆ ਆ ਉਧਰ ਨੂੰ ਚਲ ਗਿਆ ਦੌੜ ਗਿਆ 5 ਵਜੇ ਤੋਂ ਪਹਿਲੇ ਸਾਰੇ ਡਿਊਟੀ ਤੋਂ ਆਫ ਹੋਏ ਹੋਏ ਜੀ ਸਾਰੇ ਭੱਜ ਗਏ ਸਾਡੀ ਤਾਂ ਇਹੀ ਪ੍ਰਜੋਰ ਪੀ ਲਿਆ ਵੀ ਇਹਨੂੰ ਮਸਲੇ ਨੂੰ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੀ ਸੁੱਖ ਦੀ ਨੀਂਦ ਸੌਣ ਲੋਕਾਂ ਦੇ ਬੱਚੇ ਆ ਛੋਟੇ ਛੋਟੇ ਘਰਾਂ 'ਚ ਪਾਣੀ ਪੀਣ ਦਾ ਪ੍ਰਬੰਧ ਨਹੀਂ ਲੋਕਾਂ ਨੂੰ ਹਾਏ ਹਾਏ ਸਾਰੀ ਰਾਤ ਨਿਆਣੇ ਰੋਂਦੇ ਆ ਬੁਰਾ ਹਾਲ ਬੌਂਕੇ ਦਿਹਾੜੇ ਆ ਢਾਂਜਣਾ ਕੋਲ ਇਨਵੈਟਰ ਵੀ ਉਹ ਕਿੰਨਾ ਚਿਰ ਚੱਲ ਸਕਦੇ ਆ ਜੀ ਉਹ ਵੀ ਇਨਵੈਟਰ 2-3-4 ਘੰਟੇ ਚੱਲ ਕੇ ਉਹ ਵੀ ਸਿੱਟੀਆਂ ਮਾਰਨ ਲੱਗ ਪਣੀ ਜੇ ਬੱਤੀ ਨਹੀਂ ਜਾਣੀ ਇੱਕ ਮੋਰੋਂ ਦੇ ਮੋਰੋਂ ਟਾਵਰ ਲੱਗਾ ਇੱਕ ਟਾਵਰ ਆ ਜਿਹੜਾ ਲੱਗਾ ਆ ਉਹ ਮੁੰਡਾ ਟਾਵਰ ਵਾਲਾ ਕੀ ਕਰਦਾ ਆ ਉਹਦਾ ਕੋਈ ਮਹਿਕਮੇ ਨਾਲ ਕਰਸਾਰਨ ਵੀ ਕੋਈ ਨਹੀਂ ਹੈ ਉਹ ਉੱਥੋਂ ਸੁੱਚ ਕੱਟ ਦਿੰਦਾ ਆ ਟੱਕ ਮੇਰੇ ਰੁੱਟੀ ਆਪਦਾ ਕੋਈ ਮਹਿਕਮਾ ਉਹਦੇ ਅੱਛੇ ਨਹੀਂ ਲੈਂਦਾ ਸਾਰੇ ਜਈਆਂ ਨੂੰ ਪਤਾ ਹਰਵੰਸ ਨੂੰ ਪਤਾ ਬਲਵੀਰ ਨੂੰ ਪਤਾ ਇਹ ਸਾਡੀ ਖਬਰ ਉੱਪਰ ਤੱਕ ਪਹੁੰਚਾਓ ਨਹੀਂ ਤਾਂ ਅਸੀਂ ਤਾਂ ਉੱਪਰ ਤੱਕ ਜਾਵਾਂਗੇ ਹੀ ਅਤੇ ਸਾਡੇ ਲੀਡਰ ਵੀ ਆਉਣਗੇ ਅਸੀਂ ਵੀ ਆਵਾਂਗੇ ਸਾਡੇ ਵੱਡੇ ਲੈਵਲ 'ਤੇ ਧਰਨਾ ਲੱਗੂਗਾ ਰੋਡ ਅਸੀਂ ਪਰਸੋਂ ਨੂੰ ਜਾਮ ਕਰ ਦੇਣਾ ਕੱਲ੍ਹ ਦੀ ਦਿਹਾੜੀ ਦਾ ਇਹਨਾਂ ਨੂੰ ਟਾਈਮ ਹੈ ਭਾਰਤ ਵਿੱਚ ਪਹਿਲੀ ਵਾਰ ਸ਼ੁੱਧ ਜਲ ਲੰਗਰ ਸੇਵਾ ਸ਼ੁਰੂ ਪਿਓਰ ਵਾਟਰ ਹੈਲਥੀ ਲਾਈਫ ਐਨ ਜੀ ਓ ਆਸਟ੍ਰੇਲੀਆ ਵੱਲੋਂ ਭਾਰਤ ਦੇ ਪਿੰਡਾਂ ਵਿੱਚ ਹਰ ਵਰਗ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੀ ਮੁਹਿੰਮ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪਰੋਂ ਮਜਾਰਾ ਰਾਣੂਆ ਤੋਂ ਸ਼ੁਰੂ ਐਨ ਆਰ ਆਈ ਤੇ ਦਾਨੀ ਸੱਜਣਾਂ ਨੂੰ ਅਪੀਲ ਕਿ ਆਓ ਦੇਸ਼ ਵਾਸੀਆਂ ਨੂੰ ਪੀਣ ਵਾਲੇ ਪਾਣੀ ਤੋਂ ਲੱਗਣ ਵਾਲੀਆਂ 80% ਬਿਮਾਰੀਆਂ ਜਿਵੇਂ ਟਾਈਫਾਈਡ ਪੇਟ ਗੈਸ ਪੀਲੀਆ ਜੋੜਾਂ ਦਾ ਦਰਦ
कब्ज बुखार ते कैंसर तो बचाइए। सलाह ते सहयोग कर लई संपर्क नंबर परमजीत सिंह राणा पंजाब 7009807083 अते रघुवीर सिंह आस्ट्रेलिया 0427569463।